हाँ जी सत श्री अकाल जी, मेरे वालों सारयां नूं। ते जिवें कि तुहानूं पता ही, अज अपने इत्थे घग्गर दे विच कटाव आ गया सी गंगागढ़ कोले, ते उत्थे सारे लेबर किसान मजदूर वीर भरा जिन्ने भी आ सारे उत्थे, मिलां दा 400-500 बंदा मेरे हिसाब नाल भी होना चाहीदा। ते उहनां वास्ते अपने पिंडों चक जाने तों चौल बनाए सीगे, ते आपां उह लै के चले आ। ते आ लो चलीए, तुहानूं वी दिखाउणे आ, आ लो चलीए। ਲੈ ਵੀ ਮਿੱਤਰੋ, ਆਪਣੇ ਹੁਣ ਦੂਜੇ ਘਰੋਂ ਟਰਾਲੀ ਲਈਏ ਇੱਥੋਂ ਜੋੜ, ਆ ਜਾਓ ਚਲੀਏ। ਲੈਬ ਮਿੱਤਰੋ, ਦਰਗਾਹ 'ਤੇ ਗਏ ਆਪਾਂ ਪਹੁੰਚ, ਅਤੇ ਇੱਥੋਂ ਆਪਾਂ ਚੌਲ ਲੈ ਕੇ ਜਾਣੇ ਆ ਗੰਗਾਗੜ੍ਹ 4 ਐਸਟੀ ਜੀ, ਜਿੱਥੇ ਉੱਥੇ ਸਾਰੀਆਂ ਸੰਗਤਾਂ ਬੈਠੀਆਂ। ਆ ਜਾਓ ਹੁਣ ਆਪਾਂ ਚੱਲੀਏ। ਅਤੇ ਇਹ ਮੈਂ ਤੁਹਾਨੂੰ ਦੱਸਦਾ ਵੀ ਕਾਫੀ ਪੁਰਾਣੀ ਦਰਗਾਹ ਆ ਇਹ, ਅਤੇ ਸਾਡੇ ਪਿੰਡ ਦੇ ਵਿੱਚ ਕੋਈ ਮੋਮਡਨ ਮੁਸਲਮਾਨ ਸੀ ਜਿਹੜੇ, ਜਿਨ੍ਹਾਂ ਦੇ ਨਾਮ 'ਤੇ ਪਿੰਡ ਵਸਿਆ ਹੋਇਆ। ਮੈਂ ਤੁਹਾਨੂੰ ਦੱਸਦਾ ਇੱਥੇ ਆਪਾਂ 'ਚ ਵੀ ਖੜ੍ਹੇ ਹਾਂ, ਆ ਰਹੇ ਕਲਾਕਾਰੀ ਆਪਾਂ ਕਰਦੇ ਹੁੰਦੇ ਹਾਂ ਜੀ। ਆ ਜਾਓ ਚੱਲੀਏ ਹੁਣ ਆਪਾਂ ਅੰਦਰ। ਸੰਗਤਾਂ ਖੜੀਆਂ, ਸੰਗਤਾਂ ਉੱਥੇ ਆਪਾਂ ਲੈ ਕੇ ਚੱਲੀਏ ਫਿਰ ਚੌਲ ਗੰਗਾਗੜ੍ਹ। ਆ ਲਓ ਚੱਲੀਏ ਫਿਰ, ਬਾਬਾ ਤਿਆਰ ਹੈ? ਆ ਲਓ ਫਿਰ ਚੱਲੀਏ, ਚਲੋ ਆ ਲਓ ਫਿਰ ਇਹਦੇ ਬਾਅਦ ਚੱਲਦੇ ਹਾਂ। ਪਹਿਲਾਂ ਬਾਬੇ ਕੋਲ ਚੱਲੇ ਜੀ ਆਪਾਂ, ਤੇ ਫਿਰ ਹਾਂ ਗੰਗਾਗੜ੍ਹ ਲੈ ਕੇ ਚੱਲਦੇ ਹਾਂ, ਫਿਰ ਚੱਲਦੇ ਹਾਂ ਆਪਾਂ ਉੱਧਰ ਨੂੰ, ਅਤੇ ਰੱਖਦੇ ਹਾਂ ਫਿਰ ਆਪਾਂ ਹੁਣ ਉੱਥੇ। ਆ ਜਾਓ ਲਓ ਜੀ, ਸੰਗਤ ਇਹ ਹੈਗੀ ਸਰਵਰ ਪੀਰ ਸ਼ਾਹ ਦੀ ਦਰਗਾਹ ਇੱਥੇ, ਅਤੇ ਬਹੁਤ ਇੱਥੇ ਮੰਨਤਾਂ ਪੂਰੀਆਂ ਹੁੰਦੀਆਂ, ਅਤੇ ਬਹੁਤ ਆਪਣੇ ਵੀਰ ਭਰਾ ਇੱਥੇ ਆਉਂਦੇ ਵੀ, ਹੈ ਨਾ। ਅਤੇ ਸਭ ਤੋਂ ਪੁਰਾਣੀ ਦਰਗਾਹ ਆਪਣੇ ਪਿੰਡ ਦੇ ਵਿੱਚ ਇਹ, ਚੱਕ ਜਹਾਨਾ ਕੋਈ ਜਿਹੜਾ ਜਹਾਨਾ ਸੀ ਆਪਣੇ ਪਿੰਡ, ਮੈਂ ਤੁਹਾਨੂੰ ਦੱਸਦਾ ਵੀ ਕੋਈ ਮੋਮਡਨ ਵੀਰ ਸੀਗਾ ਜਿਹਦੇ ਨਾਂ 'ਤੇ ਪਿੰਡ ਵਸਿਆ ਹੋਇਆ ਸਾਡਾ ਚੱਕ ਜਹਾਨਾ। ਅਤੇ ਆ ਜਾਓ ਮੈਂ ਹੁਣ ਤੁਹਾਨੂੰ ਇਦੋਂ ਬਾਅਦ ਸੰਗਤਾਂ ਨਾਲ ਮਿਲਾਉਣਾ ਮਾੜਾ ਆ, ਅਤੇ ਜਿੱਥੇ ਸੇਵਾਦਾਰ ਲੱਗੇ ਪਏ ਤੁਹਾਨੂੰ ਦਿਖਾਉਣਾ। ਆ ਜਾਓ ਜੁੜੇ ਰਹੋ। ਹਾਂਜੀ ਬਣਾਓ ਜੀ, ਸੰਗਤਾਂ ਨੇ ਇੱਥੇ ਚੌਲ ਠੰਡੇ ਕਰੀ ਜਾਂਦੇ ਇੱਕ ਵਾਰ ਵਰਦਾ ਕੇ, ਅਤੇ ਉੱਥੇ ਲੈ ਕੇ ਜਾਣ ਵਾਸਤੇ ਸਰ। ਅਤੇ ਇੱਧਰ ਇੱਧਰ ਆ ਸੰਗਤਾਂ ਲੱਗੀਆਂ ਹੋਈਆਂ ਜੀ ਚੌਲ ਖਾਣ ਵਾਸਤੇ, ਪੂਰੀ ਸੇਵਾਦਾਰ। ਅਤੇ ਬਹੁਤ ਬਹੁਤ ਧੰਨਵਾਦ ਜਿਹੜਾ ਕਿਸੇ ਨੇ ਸੋਚਿਆ ਸਾਰਿਆਂ ਨੇ, ਹੈ ਨਾ, ਵੀ ਉੱਥੇ ਵੀ ਚਲੋ ਲੈ ਕੇ ਜਾਈਏ ਗੰਗਾਗੜ੍ਹ। ਬਹੁਤ ਬਹੁਤ ਧੰਨਵਾਦ, ਕਿਉਂਕਿ ਉੱਥੇ ਰਾਤ ਤੁਹਾਨੂੰ ਦੱਸਦੀ ਹੈ ਵੀ ਘੱਗਰ ਟੁੱਟ ਗਈ ਸੀਗੀ, ਅਤੇ ਉੱਥੇ ਇੱਕ ਥਾਂ 'ਤੇ ਘੱਗਰ ਟੁੱਟ ਗਈ ਸੀਗੀ, ਥੋੜ੍ਹਾ ਜਿਹਾ ਕਟਾਵ ਆ ਗਿਆ ਸੀ ਪਰ ਬਚਾਅ ਹੋ ਗਿਆ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਫਿਰ ਉੱਥੇ ਲੈ ਕੇ ਚੌਲ, ਅਤੇ ਆ ਜਾਓ ਆਪਾਂ ਫਿਰ ਰੱਖੀਏ ਅਤੇ ਫਿਰ ਚੱਲੀਏ ਉੱਥੇ। ਆ ਜਾਓ ਕਰਕੇ ਰੱਖ ਲਈ, ਆ ਵੀ ਦੂਜਾ ਉਹ ਵੀ ਚੱਕ ਲਿਓ। ਲਓ ਜੀ ਆਹ ਦੇਖੋ, ਸੇਵਾਦਾਰ ਲੱਗੇ ਪਏ ਪੂਰੇ ਖੁਸ਼ ਆ। ਗਾਂ ਕਰਦੀ ਗਾਂ ਸਹੀ ਹੈ। ਚਲੋ ਬਾਈ ਆ ਜਾਓ, ਬਈ ਆ ਜਾਓ ਚੱਲੀਏ। ਲਓ ਜੀ ਸੇਵਾਦਾਰ ਚੱਲੇ ਜੀ, ਚੌਲ ਲੈ ਕੇ ਬਾਬੇ ਦੇ ਗੰਗਾਗੜ੍ਹ ਚੱਲੇ ਜੀ, ਜਿੱਥੇ ਬੰਨ ਮੰਨੀ ਜਾਂਦੇ ਵੀਰ ਕਿਸਾਨ ਲੱਗੇ ਹੋਏ ਆ, ਅਤੇ ਉੱਥੇ ਸੇਵਾ ਲੈ ਕੇ ਚੱਲੇ ਜੀ ਆਪਾਂ। ਉੱਥੇ ਜਿੰਨੇ ਵੀ ਕੋਈ ਆਪਣੇ ਵੀਰ ਭਰਾ ਬੈਠੇ, ਕਿਸਾਨ ਮਜ਼ਦੂਰ ਭਰਾ, ਸਾਰਿਆਂ ਵਾਸਤੇ ਜਿੰਨਾ ਹੋ ਸਕਦਾ ਪਿੰਡੋਂ ਚੱਕ ਜਾਂਦੇ ਹਾਂ, ਚੌਲ ਲੈ ਕੇ ਚੱਲੇ ਜੀ, ਅਤੇ ਆ ਜਾਓ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ। ਅਤੇ ਸੇਵਾ ਦਾ ਬਹੁਤ ਟਾਈਮ ਦੇ ਉੱਥੇ ਲੱਗੇ ਹੋਏ ਆ। ਲੈ ਵੀ ਮਿੱਤਰੋ, ਸਾਡੇ ਦੋ ਸੇਵਾਦਾਰ ਹੋਰ ਆਈ ਜਾਂਦੇ, ਕਹਿੰਦੇ ਅਸੀਂ ਵੀ ਜਾਣਾ। ਆ ਰਹੋ ਆ ਰਹੋ ਆ ਰਹੋ ਆ ਰਹੋ ਮੋਟਰਸਾਈਕਲ ਦੇ, ਚਲੋ ਫਿਰ ਆਰੋ, ਚਲੋ ਆ ਰਹੋ ਆ ਰਹੋ ਵੀ ਆ ਰਹੋ।
हाँ यार मुंडे का कोई रिश्ता रुस्ता कराओ यार ये सारे पिंड का सांझा मामा है सारे कमां च मूहरे होंगे यही रोटी पक दी वजह क्योंकि उम्र हूँ हो ही जाती है कहीं आता वे ਲੈ ਵੀ ਹੁਣ ਆਪਾਂ ਇੱਥੇ ਟਰੈਕਟਰ ਰੋਕੀ ਆ ਜਾਓ ਫਿਰ ਚੱਲਦੇ ਉਧਰ ਬਾਕੀ ਵਰਤਾ ਦੋ ਸਾਰਿਆਂ ਨੂੰ ਹਾਂ ਬਾਈ ਆ ਰਾ 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 ਇੱਕ ਲੈ ਚੱਲਦੇ ਆ ਲੈ ਇੱਕ ਟੋਕਰਾ ਲੈ ਚੱਲਦੇ ਮੋਟਰਸਾਈਕਲ ਹਾਂ ਹਾਂ ਲੈ ਲੈ ਹੈ ਨਹੀਂ ਨਹੀਂ ਉਹ ਆ ਇੱਕ ਰੱਖ ਲੋ ਦੋ ਟੋਕਰੇ ਰੱਖ ਲੋ ਹਾਂ ਚਲੋ ਠੀਕ ਹੈ ਹਾਂ ਉੱਥੇ ਉੱਥੇ ਦੋ ਮੋਟਰਸਾਈਕਲਾਂ ਦੇ ਲੈ ਚੱਲਦੇ ਦੋ ਟੋਕਰੇ ਤੇ ਇੱਕ ਉਧਰ ਲੈ चलो 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 सर पैसा चल चल आ गया एक टोकरा और जाके ले सरपंच ने दूसरा ऐसा मोटरसाइकिल ले चल दी आ जा भाई आ जा ले 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 बैग ही लिया भाई बैग लिया भाई ले मैं फुफड़ा रखा फुफड़ा उठा टोकरे का फुफड़ा यार ले भी भाई असलम ते रात पानी बहुत ज्यादा रात नहीं जा जाना राह खराब इतने रोक दो इतने रोक दो चलो चलते हैं रोकते हैं सारा तो फिर छकाने चौल लो जी हुण चौल वरता के चलने आपां इधर नूं आ जाओ भी संगत पहुंचीए डोलो डोली पानी खैर मित्रों बाबा चढ़ गया देख लो तुसीं आ जाओ हुण आपां चलदे आ ट्रैक्टर दे कोले ते सानू इधर एरिया दिखाउणे आ थोड़ा जिहा काफी लम्मा चौड़ा पानी फैलिया वै देखो तुसीं लाए मित्रों पानी दी स्पीड बहुत आ तुहानूं दस्सदे इत्थे है ना आ देख लो इधर जल मग नहीं होया पिया सारा इधर एरिया भी पट्टी पई है पिछे रो माड़ा जिहा इत्थों खड चो पानी निकलता तो कोई दिक्कत ना आए आओ देखो आ रही खड इतों की पानी निकली जाता पर वीर हर के लगे पे हाँ जी साड़ी वीडियो बनाने का मकसद एक ही दस दिए भी अपने हड़ पीड़ित वास्ते जिवें अपने वीर भरा सारे पंजाब भी राशन पानी ले जाते हैं जिथे कोई अपने भी राजस्थान कोई दिक्कत आँदी है जिथे भी कोई किसान वीर मजदूर भरा भी कुछ ना कुछ बना के जरूर लैके जाए कुछ जे यह जानकारी थोड़ी जी वधिया लगी होवे तां यह जानकारी नूं तुसीं कमेंट करके लाइक तो शेयर करके जरूर दस्सो सत श्री अकाल जी।